ਇਹ ਗੱਲ ਕਰਨੀ ਕਿ ਹੱਥ ਚੁੰਮਣਾ ਸ਼ਿਰਕ ਹੈ ਅਤੇ ਮੈਂ ਉਹਨੂੰ ਖਾਨ ਨੇ ਕਿਹਾ ਬਈ ਤਵਾਫ ਕਰਦਿਆਂ ਵੇਖਿਆ ਨਾ ਇੰਝ ਕਰਦਿਆਂ ਅਤੇ ਆਪਣਾ ਹੱਥ ਚੁੰਮੇ ਤੇ ਮੈਂ ਕਿਹਾ ਮੌਲਾਨਾ ਸਾਹਿਬ ਮੈਂ ਬਾਅਦ 'ਚ ਗੱਲ ਕਰਨੀ ਹੈ ਫਾਰਗ ਹੋ ਜਿਹੜੇ ਫਾਰਗ ਹੋਏ ਤਾਂ ਬੈਠੇ ਮੈਂ ਕਿਹਾ ਆਪ ਹੱਥ ਚੁੰਮ ਰਹੇ ਤੇ ਕਹਿੰਦੇ ਜੀ ਮੈਂ ਹਜਰੇ ਅਸਵਦ ਕੋ ਚੁੰਮ ਰਿਹਾ ਥਾ ਬੋਸਾ ਮੈਂ ਕਿਹਾ ਨਹੀਂ ਮੈਨੇ ਤੋ ਦੇਖਿਆ ਕਿ ਆਪ ਹੱਥੋਂ ਕੋ ਚੁੰਮ ਰਹੇ ਥੇ ਕਹਿੰਦੇ ਜੀ ਵੋ ਮਸਤ ਹੈ ਇਸਤਲਾਮ ਕਾ ਕਿ ਜੋ ਮੂੰਹ ਨਾ ਪਹੁੰਚ ਸਕੇ ਹਜਰੇ ਅਸਵਦ ਤੱਕ ਤੋ ਵੋ ਦੂਰ ਸੇ ਹੀ ਬਿਸਮਿਲਲਾਹ ਅੱਲਾਹ ਅਕਬਰ ਕਰਕੇ ਤੋ ਆਪਣੇ ਹੱਥੋਂ ਕੋ ਚੁੰਮ ਲੇ ਹਜਰੇ ਅਸਵਦ ਕੀ ਤਰਫ ਐਸੇ ਕਰਕੇ ਤੋ ਉਸਕਾ ਹਜਰੇ ਅਸਵਦ ਕਾ ਬੋਸਾ ਕਬੂਲ ਹੋਗਾ ਹਜਰੇ ਅਸਵਦ ਕਾ ਬੋਸਾ ਹੋ ਜਾਏਗਾ ਚੁੰਮਣੇ ਹੱਥ ਨੇ ਅਤੇ ਬੋਸਾ ਹਜਰੇ ਅਸਵਦ ਦਾ ਹੋ ਰਿਹਾ ਹੁਣ ਹੱਥ ਚੁੰਮੇ ਨੇ ਜਦੋਂ ਅਤੇ ਮੈਂ ਕਿਹਾ ਮੌਲਾਨਾ ਸਾਹਿਬ ਤੁਸੀਂ ਹੱਥ ਚੁੰਮ ਰਹੇ ਸੋ ਕਹਿੰਦੇ ਜੀ ਮੈਂ ਹਜਰੇ ਅਸਵਦ ਕੋ ਮੈਂ ਕਿਹਾ ਤੁਸੀਂ ਹੱਥ ਨਹੀਂ ਚੁੰਮੇ ਕਹਿੰਦੇ ਹਾਂ ਚੁੰਮੇ ਨੇ ਅਤੇ ਮੈਂ ਕਿਹਾ ਮੈਂ ਆਪਣੇ ਅੱਲਾਹ ਸੋਹਣੇ ਦੀ ਕੁਦਰਤ ਵੇਖ ਰਿਹਾ ਸਾਂ ਕਿ ਤੁਸੀਂ ਤਕਰੀਰਾਂ 'ਤੇ ਬਹੁਤ ਖੁੱਲ੍ਹ ਕੇ ਕਰਦੇ ਸੋ ਕਿ ਹੱਥ ਚੁੰਮਣਾ ਸ਼ਿਰਕ ਹੈ ਅਤੇ ਮੈਂ ਅੱਲਾਹ ਦੀ ਸ਼ਾਨ ਇਹ ਵੇਖਦਾ ਪਿਆ ਸਾਂ ਕਿ ਅੱਲਾਹ ਨੇ ਕਿਹਾ ਇਹਨੂੰ ਮੇਰੇ ਘਰ ਆਣ ਦੇ ਮੈਂ ਇਹਦੇ ਹੱਥ ਹੀ ਚੁੰਮਾ ਕੇ ਭਜਾਉਂਦਾ ਸੀ